ਉਹ 30-35 ਹਜ਼ਾਰ ਰੁਪਇਆ 25-30 ਹਜ਼ਾਰ ਲੈ ਆਉਣਾ। ਹਾਂ ਜੈਨ ਗੱਡੀ ਦੇ ਦਾਂਗੇ, ਹਨਾ ਦੇ ਦਾਂ। 2011 ਮਾਡਲ ਆ ਜੀ, ਸਿਰਫ ਔਰ ਸਿਰਫ 25,000 ਹੀ ਚੱਲੀ ਹੈ ਗੱਡੀ, ਸਿਰਫ 25,000 ਬਸ। ਬਿਲਕੁਲ ਨਵੀਂ ਕਾਰ ਆ, ਵਿੱਚੋਂ ਵੀ ਗੱਡੀ ਦਿਖਾਓ, ਬਹੁਤ ਨਵੀਂ ਕਾਰ ਆ ਵੀ। ਬੰਪਰ ਟੂ ਬੰਪਰ ਇਹਦੇ ਨਾਲ, ਸਾਰੀ ਓਰੀਜਨਲ, ਸਾਰੀ ਓਰੀਜਨਲ, ਕੋਈ ਪੀਸ ਪੇਂਟ ਨਹੀਂ ਗੱਡੀ ਦਾ। 14 ਮਾਡਲ ਆ ਜੀ ਇਹ, ਇੰਸ਼ੋਰੈਂਸ ਗੱਡੀ ਦੀ ਫੁੱਲ, ਦੋਨੇ ਚਾਬੀਆਂ ਨਾਲ, ਇੱਕ ਟਾਇਰ ਨਵਾਂ ਪਿਆ, ਬਾਕੀ ਟਾਇਰ ਵੀ ਨਾਲ ਦੇ ਨੇ, ਸਾਰੀ ਗੱਡੀ ਦੇ ਨਿਗਾਹ ਮਰਾ ਦੇ। ਚੱਲੀ ਗਈ। 13 ਮਾਡਲ ਆ ਜੀ, ਰਜਿਸਟਰਡ 15-30 ਤੱਕ ਪਾਸਿੰਗ ਆ, ਨੰਬਰ ਪੰਜਾਬ ਦਾ ਗੱਡੀ ਦਾ, ਪੰਜਾਬ ਨੰਬਰ ਹੈ। 13/15 ਪਾਸਿੰਗ ਤੁਹਾਨੂੰ 15 ਦੇ ਹਿਸਾਬ ਨਾਲ ਮਿਲੂ, ਇਹ ਚੀਜ਼ ਘੈਂਟ ਹੈ। ਔਰ ਪੈਸੇ ਤੁਹਾਨੂੰ 13 ਦੇ ਹਿਸਾਬ ਨਾਲ ਦੇਣੇ, ਨਾਲ ਦੇ ਟਾਇਰ ਨੇ। 30,000 ਹੀ ਚੱਲੀ ਹੋਈ ਹੈ, ਜਿਹੜਾ ਮੋਟਰਸਾਈਕਲ ਲੈਣ ਚੱਲਣ ਦਾ ਆਪ ਧੁੱਪ 'ਚ ਮਰੂ ਜੀ, ਟੱਬਰ ਨੂੰ ਮਾਰੂਗਾ। ਮੈਂ ਕਹਿੰਦਾ ਯਾਰ ਆਹ ਲੈ ਲਓ ਬਾਬੇ, ਨਜ਼ਾਰਾ ਲਉਂਗੇ ਅਤੇ ਰੇਟ ਵੀ ਤੁਹਾਨੂੰ ਜਾਇਜ਼ ਦੇ ਦਾਂ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਹੈ ਜੀ। ਲਓ ਜੀ, ਜਿਹੜੇ ਵੀਰਾਂ ਦਾ ਇਹ ਕਹਿੰਦੇ ਨੇ ਕਿ ਸਾਨੂੰ ਗੱਡੀ ਛੋਟੀ ਅਤੇ ਰੇਟ ਵੀ ਹੋਵੇ ਛੋਟਾ, ਹਾਂਜੀ, ਅੱਜ ਦੋਨੋਂ ਚੀਜ਼ਾਂ ਪੂਰੀਆਂ ਕਰਾਂਗੇ ਧੂਰੀ ਸ਼ਹਿਰ 'ਚ, ਧੂਰੀ ਕਾਰ ਬਾਜ਼ਾਰ 'ਤੇ। ਕੁਲਵਿੰਦਰ ਵੀਰ ਆਪਣੇ ਨਾਲ ਆ ਮਿੱਤਰੋ, ਅਤੇ ਵੀਰੇ ਸਤਿ ਸ਼੍ਰੀ ਅਕਾਲ, ਪਹਿਲਾਂ ਵੈਲਕਮ ਆਪਣੇ ਚੈਨਲ 'ਤੇ। ਅਤੇ ਜਿੰਨੇ ਵੀ ਵੀਰ ਆਪਣੀ ਵੀਡੀਓ ਦੇਖ ਰਹੇ ਨੇ, ਕਿੱਥੇ ਪਹੁੰਚ ਜਾਣੇ, ਜਿਹੜੇ ਕਿਸੇ ਨੇ ਘੱਟ ਪੈਸਿਆਂ 'ਚ ਛੋਟੀ ਗੱਡੀ ਲੈਣੀ ਹੋਵੇ, ਧੂਰੀ ਸ਼ਹਿਰ ਵਿੱਚ ਧੂਰੀ ਕਾਰ ਬਾਜ਼ਾਰ, ਓਪੋਜ਼ਿਟ TVS ਏਜੰਸੀ, ਸਮਾਰਟ ਪੁਆਇੰਟ ਨੱਤ ਦਾ ਹੋਸਪਿਟਲ, ਪਿੱਛੇ ਦੇਖੋ ਹੋਸਪਿਟਲ ਦਾ ਬੋਰਡ ਲੱਗਿਆ। ਲਓ ਵੀ ਮਿੱਤਰੋ, ਬਾਕੀ ਐਡਰੈਸ, ਕੰਟੈਕਟ ਨੰਬਰ ਦੋਨੋਂ ਤੁਹਾਨੂੰ ਸਕਰੀਨ 'ਤੇ ਚੱਲ ਰਹੇ ਨੇ। ਅਤੇ ਕੁਲਵਿੰਦਰ ਵੀਰੇ, ਲੋਨ ਦੀ ਫੈਸਿਲਿਟੀ ਤਾਂ ਦੱਸੋ ਇੱਕ ਵਾਰੀ, ਕਿਉਂਕਿ ਗੱਡੀਆਂ ਛੋਟੀਆਂ ਦੇ ਨਾ ਮੋਸਟਲੀ ਕਹਿੰਦੇ ਨੇ ਕਿ ਬਈ ਯਾਰ ਬਾਹਲੇ ਪੈਸੇ ਮੰਗੀ ਜਾਂਦੇ ਨੇ ਕਈ, ਤਾਂ ਡਾਊਨ ਪੇਮੈਂਟ, ਹੈ ਨਾ। ਆਪਣੇ ਵੀਰ ਭਰਾ ਕਈਆਂ ਕੋਲ 20,000 ਹੁੰਦਾ, ਕਿਸੇ ਕੋਲ 30,000 ਹੁੰਦਾ, ਵੀ ਉਹ ਆਪਣੇ ਕੋਲ ਆ ਜਾਣ। ਠੀਕ ਹੈ ਜੀ। ਇੱਕ ਤਾਂ ਜਿਵੇਂ ਜੈਨ ਸਟੀਲੋ ਨੇ ਆਪਣੇ ਕੋਲ 2-3 ਗੱਡੀਆਂ ਨੇ, ਵੈਸੇ ਇਹਦੀ ਡੀਲ ਚੱਲ ਰਹੀ ਆ, ਲਗਭਗ ਕਸਟਮਰ ਆਏ ਹੋਏ ਨੇ, ਓਕੇ, ਸ਼ਾਇਦ ਡੀਲ ਇਹਦੀ ਡਨ ਹੋ ਜੇ, ਅਤੇ ਤਕਰੀਬਨ ਐਂ ਲਾ ਲਓ 30-35 ਹਜ਼ਾਰ ਰੁਪਇਆ, 25-30 ਹਜ਼ਾਰ ਲੈ ਆਉਣਾ। ਹਾਂ, ਜੈਨ ਗੱਡੀ ਦੇ ਦਾਂਗੇ, ਹੈ ਨਾ, ਦੇ ਦਾਂਗੇ। ਲੈ ਵੀ ਮਿੱਤਰਾ, ਇਹਦੀ ਡੀਲ ਚੱਲ ਰਹੀ ਹੈ, ਅਤੇ ਇਹਦੀ, ਅਤੇ ਇਹਦਾ ਕਿੰਨਾ ਮਾਡਲ ਹੈ ਜੀ? 2011 ਮਾਡਲ ਹੈ ਜੀ, ਸਿਰਫ ਔਰ ਸਿਰਫ 25,000 ਹੀ ਚੱਲੀ ਹੈ ਗੱਡੀ, ਸਿਰਫ 25,000 ਬਸ। ਬਿਲਕੁਲ ਨਵੀਂ ਕਾਰ ਆ, ਵਿੱਚੋਂ ਵੀ ਗੱਡੀ ਦਿਖਾਓ, ਬਹੁਤ ਨਵੀਂ ਕਾਰ ਆ ਵੀ। ਅਨਲੌਕ ਹੈ ਵੀਰੇ, ਕਰੀ ਚੈੱਕ, ਅਨਲੌਕ ਕਰ ਮਿੱਤਰਾ, 25,000 ਗੱਡੀ ਚੱਲੀ ਹੋਈ ਆ, ਔਨ ਰਿਕਾਰਡ ਦਾ ਝਾਤੀ ਮਾਰ ਲਓ ਮਿੱਤਰੋ। ਇਹੀ ਜਿਹੀਆਂ ਗੱਡੀਆਂ ਬਹੁਤ ਘੱਟ ਮਿਲਦੀਆਂ ਨੇ ਮਾਰਕੀਟ 'ਚ, ਇੱਕ ਤਾਂ ਗੱਡੀ ਛੋਟੀ, ਉੱਤੋਂ ਚੱਲੀ ਘੱਟ ਹੋਈ ਆ, ਅੰਦਰੋਂ ਨਿਗਾਹ ਮਾਰ ਲਈ ਹੋਊਗੀ, ਪੂਰੀ ਪਈ ਆ ਸਾਮੀ ਹੋਈ ਕਾਰ, ਅਤੇ ਮਾਡਲ 2011 ਜੀ। ਕਿੰਨੇ ਦੇ ਦਾਂਗੇ ਜੀ ਫਿਰ ਇਹ? ਇਹ ਗੱਡੀ ਆਪਾਂ ਦੇ ਦਾਂਗੇ ਜੀ 1,45,000 ਦੀ ਲਾਸਟ। ਲੈ ਮੇਰੇ, 1,45,000 ਯੱਸਣ ਨੋ ਰੇਟ ਹੈ, ਬਾਕੀ ਮਾਣ ਦਾਨ ਕਰਾ ਦਾਂਗੇ, ਕੋਈ ਚੱਕਰ ਨਹੀਂ ਵੀਰੇ। ਲੋਨ ਵੀ ਇਹਦੇ ਤਕਰੀਬਨ 20-25,000 ਦੇ ਕੇ ਹੋ ਜੂਗਾ ਬਸ। ਲੈ 20-25,000 ਲਿਓ ਗੱਡੀ, ਜਾ ਕੇ ਲੈ ਜਾਓ। ਫਿਆਟ ਦੀ ਪੁੰਟੋ, ਕਾਰ ਰੰਗ ਕਾਲਾ, ਕਾਲੀ ਨਾਗਣੀ ਹੈ ਜੀ, ਬਹੁਤ ਸੋਹਣੀ ਕਾਰ ਹੈ। ਬੰਪਰ ਟੂ ਬੰਪਰ ਇਹਦੇ ਨਾਲ, ਸਾਰੀ ਓਰੀਜਨਲ, ਕੋਈ ਪੀਸ ਪੇਂਟ ਨਹੀਂ ਗੱਡੀ ਦਾ। 14 ਮਾਡਲ ਹੈ ਜੀ ਇਹ, ਇੰਸ਼ੋਰੈਂਸ ਗੱਡੀ ਦੀ ਫੁੱਲ, ਦੋਨੇ ਚਾਬੀਆਂ ਨਾਲ, ਇੱਕ ਟਾਇਰ ਨਵਾਂ ਪਿਆ, ਬਾਕੀ ਟਾਇਰ ਵੀ ਨਾਲ ਦੇ ਨੇ, ਸਾਰੀ ਗੱਡੀ ਦੇ ਨਿਗਾਹ ਮਰਾ ਦੇ। ਚੱਲੀ ਕਿੰਨੀ ਹੋਈ ਜੀ ਫਿਰ ਇਹ? ਸਿਰਫ 40,000, ਸਿਰਫ 40,000 ਚੱਲੀ ਹੋਈ ਹੈ, ਪੁੰਟੋ ਬੰਪਰ ਟੂ ਬੰਪਰ ਓਰੀਜਨਲ ਆ ਮਿੱਤਰੋ। ਅਤੇ ਇਹਦਾ ਰੇਟ ਕਿੰਨਾ ਹੋਊਗਾ ਜੀ? ਇਹ ਗੱਡੀ ਆਪਾਂ ਦੇ ਦਾਂਗੇ 2,00,000 ਰੁਪਏ ਦੀ। 14 ਹਨਾ ਜੀ, 14 ਮਾਡਲ 2,00,000 ਰੁਪਏ ਦੀ ਗੱਡੀ ਬਣ ਜੂਗੀ। ਅਤੇ ਆ ਜਾਓ ਜੀ ਇੱਧਰ, ਆ ਖੜੀ ਆ ਮਿੱਤਰੋ i10, ਮਾਡਲ ਕਿੰਨੇ ਜੀ i10 ਦਾ? 2012 ਮਾਡਲ, 11th-12th ਮਹੀਨੇ ਦੀ ਗੱਡੀ ਆ, 1.1। ਹਾਂਜੀ, ਅਤੇ ਸਿਰਫ ਇਹ 41,000 ਵੀ ਇੰਨੀ ਕੁ ਚੱਲੀ ਹੈ ਗੱਡੀ, 41,000 ਹੀ ਚਾਰ ਚੱਲੀ ਹੋਈ ਆ। ਅਤੇ ਮਿੱਤਰੋ ਘੱਟ ਚੱਲੀ ਹੋਈ ਆ, 2000 ਕਿੰਨਾ ਮਾਡਲ ਸੀ? 2012 ਮਾਡਲ, ਛੋਟੇ ਇੰਜਨ ਵਾਲੀ ਆ ਇਹ। ਜੇ ਆਪਾਂ ਅਲਟੋ ਦੇ ਬਰਾਬਰ ਵੀ ਆਪਾਂ ਲਾਈਏ ਤਾਂ ਐਵਰੇਜ ਅਲਟੋ 'ਤੇ ਇੱਕੋ ਹੀ ਗੱਲਬਾਤ ਆ, ਕੋਈ ਛੋਟੇ ਇੰਜਨ ਵਾਲੀ ਆ, ਐਵਰੇਜ ਇਹਦੀ 18-20 ਦੀ ਹੁੰਦੀ ਹੈ। ਅੱਛਾ, 18-20 ਦੀ ਐਵਰੇਜ ਦਿੰਦਾ, ਇੰਜਨ ਥੋੜ੍ਹਾ ਛੋਟਾ ਆ ਜਾਂਦਾ। ਹਾਂਜੀ ਹਾਂਜੀ। ਅਤੇ ਇਹਦੇ ਪੈਸੇ ਕਿੰਨੇ ਹੋਣਗੇ ਜੀ? ਪੈਸੇ ਇਹ ਵੀ ਗੱਡੀ ਆਪਾਂ 2,00,000 ਦੀ ਦੇ ਦਾਂਗੇ ਜੀ। ਲੈ ਮਿੱਤਰਾ, 2,00,000 ਰੁਪਏ ਦੀ ਆਹ ਚੱਕ ਲਿਓ। ਅਤੇ ਆ ਗਈ ਜੀ ਸਾਰੀਆਂ ਕਾਰਾਂ ਦੀ ਰਾਣੀ ਕਾਰ। ਇਹ ਕਹਿੰਦਾ ਜੀ ਅੱਜ ਕੱਲ੍ਹ ਦਾ ਟਾਈਮ ਰਹਿ ਗਿਆ, ਕਹਿੰਦਾ ਦੂਰਬੀਨ ਲੈ ਕੇ ਲੱਭਣੀਆਂ ਪੈਂਦੀਆਂ ਨੇ। ਟਾਟਾ ਦੀ ਟਿਆਓਸ ਲੀਵਾ, ਅਤੇ ਗੱਡੀ ਮਿੱਤਰੋ ਤੁਹਾਡੇ ਸਾਹਮਣੇ ਹੈ। ਹੁਣ ਇਹਦੀ ਤਾਰੀਫ ਕਰਾਂ ਨਾ ਕਰਾਂ ਮੈਨੂੰ ਸਮਝ ਨਹੀਂ ਆ ਰਿਹਾ, ਮੈਂ ਤੁਹਾਨੂੰ ਡਿਟੇਲ ਦੱਸ ਦਿੰਦਾ। ਮਾਡਲ ਕਿੰਨੇ ਜੀ? 13 ਮਾਡਲ ਆ ਜੀ, ਰਜਿਸਟਰਡ 15-30 ਤੱਕ ਪਾਸਿੰਗ ਆ,
ਨੰਬਰ ਪੰਜਾਬ ਦਾ ਗੱਡੀ ਦਾ ਪੰਜਾਬ ਨੰਬਰ ਹੈ 13/15 ਪਾਸਿੰਗ ਤੁਹਾਨੂੰ 15 ਦੇ ਹਿਸਾਬ ਨਾਲ ਮਿਲੂ ਇਹ ਚੀਜ਼ ਘੈਂਟ ਹੈ ਔਰ ਪੈਸੇ ਤੁਹਾਨੂੰ 13 ਦੇ ਹਿਸਾਬ ਨਾਲ ਦੇਣੇ ਪੈਣਗੇ ਕਿੰਨੇ ਦੇ ਦਾਂਗੇ ਜੀ ਇਹ ਗੱਡੀ ਦੇ ਦਾਂਗੇ ਜੀ 3,40,000 ਦੀ ਕੋਈ ਰੇਟ ਜੀ ਬਸ 3,40,000 ਦੀ 2013/15 ਮਾਡਲ ਗੱਡੀ ਫੁੱਲ ਓਕੇ ਮਿੱਤਰੋ ਪੰਜਾਬ ਨੰਬਰ ਕਾਰ ਆ ਅਤੇ ਆਹ ਖੜੀ ਜੀ ਸਭ ਤੋਂ ਪਿਆਰੀ ਕਾਰ ਜਿਹੜੇ ਕਿਸੇ ਮੇਰੇ ਵੀਰ ਭਰਾ ਕੋਈ ਨਵਾਂ ਮੋਟਰਸਾਈਕਲ ਲੈਣ ਚੱਲਿਆ ਰੁਕ ਜਾਓ ਲੈਣੇ ਤਾਂ ਆਪਦੇ ਪਰਿਵਾਰ ਨੂੰ ਨਹਿਰੇ ਦੋਗੇ ਏ ਸੀ ਵਾਲਾ ਮਾਡਲ ਹੈ ਏ ਸੀ ਚਿਲਡਾ ਘੈਂਟ ਕਾਰ ਹੈ ਨਵਾਂ ਮੋਟਰਸਾਈਕਲ 1,50,000 ਪਹੁੰਚਿਆ ਪਿਆ ਜੀ ਇਹ ਤਾਂ ਉਸ ਤੋਂ ਵੀ ਨੀਚੇ ਜੀ ਉਹ ਤੋਂ ਵੀ ਨੀਚੇ ਦੀ ਮਿਲ ਜੂਗੀ ਔਰ ਗੱਡੀ ਵੀ ਮਿੱਤਰੋ ਪੰਜਾਬ ਨੰਬਰ ਆ ਹੋਰ ਦੱਸੋ ਨੰਬਰ ਵੀ ਵਧੀਆ 56,66 ਪੰਜਾਬ ਨੰਬਰ ਸਿਰਫ 30,000 ਚੱਲੀ ਹੈ ਗੱਡੀ ਨਾਲ ਦੇ ਟਾਇਰ ਨੇ 30,000 ਹੀ ਚੱਲੀ ਹੋਈ ਹੈ ਜਿਹੜਾ ਮੋਟਰਸਾਈਕਲ ਲੈਣ ਚੱਲਣ ਦਾ ਆਪ ਧੁੱਪ ਚ ਮੋਰੂ ਜੀ ਟੱਬਰ ਨੂੰ ਮਾਰੂਗਾ ਮੈਂ ਕਹਿੰਦਾ ਯਾਰ ਆਹ ਲੈ ਲਓ ਬਾਬੇ ਨਜ਼ਾਰਾ ਲਓਗੇ ਅਤੇ ਰੇਟ ਵੀ ਤੁਹਾਨੂੰ ਜਾਇਜ਼ ਦੇ ਦਾਂਗੇ ਕਿੰਨੇ ਦੇ ਦਾਂਗੇ ਜੀ ਅੱਜ ਦੀ ਪਿਛਲਾ ਰੇਟ ਆਪਣਾ 75,000 ਸੀ 65,000 ਦੀ ਗੱਡੀ ਦੇ ਦਾਂਗੇ 10,000 ਡਿਸਕਾਊਂਟ ਸਿੱਧਾ ਹੀ ਲੈ ਚੱਕ ਕੇ ਯਕੀਨ ਨਹੀਂ ਹੋ ਰਿਹਾ 65,000 ਰੁਪਏ ਦੀ 65,000 ਸਿਰਫ 40,000 ਹਨਾ ਹਾਂਜੀ ਹਾਂਜੀ ਪੰਜਾਬ ਸਿਰਫ 30,000 ਚੱਲੀ ਸਿਰਫ 30,000 ਚੱਲੀ ਹੋਈ ਆ 12 ਮਾਡਲ 65,000 ਦੀ ਆ ਅਤੇ ਬਾਕੀ ਵੀਡੀਓ ਦੋਸਤੋ ਤੁਹਾਨੂੰ ਕਿਵੇਂ ਲੱਗੀ ਛੋਟੀਆਂ ਗੱਡੀਆਂ ਦਿਖਾਈਆਂ ਨੇ ਛੋਟੇ ਬਜਟ ਦੀਆਂ ਔਰ ਗੱਡੀਆਂ 'ਤੇ ਲੋਨ ਦੀ ਫੈਸਿਲਿਟੀ ਅਵੇਲੇਬਲ ਹੈ 25-30-35 ਜਿਹੜਾ ਤੁਹਾਡਾ ਬਣਦਾ ਇੰਨਾ ਕੁ ਲਿਆਇਓ ਬਾਕੀ ਗੱਡੀ 'ਤੇ ਕਰਾ ਦਾਂਗੇ ਫਾਈਨਾਂਸ ਸਕਰੀਨ 'ਤੇ ਨੰਬਰ ਚੱਲ ਰਿਹਾ ਐਡਰੈਸ ਵੀ ਚੱਲ ਰਿਹਾ ਬਾਕੀ ਵੀਡੀਓ ਚੰਗੀ ਲੱਗਦੀ ਹੈ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਯਾਰ ਧੰਨਵਾਦ ਜੀ